ਟਰੈਕਟਰ ਮੇਕਿੰਗ ਜਿੰਦਾਬਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਵੀਆਂ ਨਵੀਆਂ ਵੀਡੀਓ ਵੇਖਣ ਦੇ ਲਈ ਨੋਟੀਫਿਕੇਸ਼ਨ ਬੈਲ ਨੂੰ ਆਲ 'ਤੇ ਕਰਕੇ ਪ੍ਰੈਸ ਕਰੋ। ਹਾਂਜੀ, ਆਪਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਪੁੱਛਦੇ ਹਾਂ ਕਿ ਆਪਾਂ ਇਹ ਬੰਪਰ ਬਣਾਇਆ ਹੈ ਅਤੇ ਇਹਦਾ ਆਪਾਂ ਨੂੰ ਕਲਰ ਦੱਸ ਦਿਓ, ਜੇ ਆਪਾਂ ਬਲੈਕ ਕਰੀਏ ਜਾਂ ਆਪਣੇ ਟਰੈਕਟਰ ਦੇ ਢੱਡ ਨਾਲ ਦਾ ਜਾਂ ਵਾਈਟ ਹੀ ਰੱਖੀਏ। ਸੋ ਮੈਨੂੰ ਇਹ ਕਮੈਂਟ ਕਰਕੇ ਤੁਸੀਂ ਦੱਸ ਦੇਣਾ ਇਸ ਨੂੰ ਕਲਰ ਆ ਜਿਹੜਾ ਆਪਾਂ ਕਿਹੜਾ ਕਰੀਏ। ਅਤੇ ਫਿਲਹਾਲ ਆਪਾਂ ਜਿਹੜਾ ਇਹਦਾ ਥੰਬਨੇਲ ਆ ਇਸ ਵਾਈਟ ਬੰਪਰ ਨਾਲ ਹੀ ਇਸ ਤਰ੍ਹਾਂ ਲਾ ਕੇ ਖਿੱਚਾਂਗੇ, ਇਸ ਤਰ੍ਹਾਂ ਲਾ ਕੇ, ਅਤੇ ਜਿਹੜਾ ਇਸਦਾ ਥੰਬਨੇਲ ਵਾਸਤੇ ਫੋਟੋ ਖਿੱਚ ਲਾਂਗੇ ਆਪਾਂ। ਅਤੇ ਹੁਣ ਆਪਾਂ ਜੀ ਤੁਸੀਂ ਵੇਖੋ ਇਹ ਮਰਕਾਟ ਮਰਕੂਟ ਆਪਾਂ ਇਸਦੇ ਕਿੱਦਾਂ ਲਾਏ ਨੇ, ਫਰੰਟ ਟਾਇਰ ਇਸਦੇ ਕਿੱਦਾਂ ਲਾਏ ਨੇ, ਅਤੇ ਵੇਖ ਲੈਣਾ ਕਿੱਦਾਂ ਲਾਏ ਨੇ। ਆਪਾਂ ਕਰਦੇ ਹਾਂ ਵੀਡੀਓ ਸਟਾਰਟ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਆਪਾਂ ਵੀਡੀਓ ਦਾ ਸੈਕਿੰਡ ਪਾਰਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸੋ ਫਸਟ ਪਾਰਟ ਵਿੱਚ ਆਪਾਂ ਇਸਦੇ ਮੋਟਰ ਅਤੇ ਐਕਸਲ ਲਾਇਆ ਸੀ, ਅਤੇ ਜਿਸ ਕਿਸੇ ਵੀਰ ਨੇ ਉਹ ਵੀਡੀਓ ਨਹੀਂ ਵੇਖੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦਾ ਲਿੰਕ ਦੇ ਦਾਂਗਾ, ਤੁਸੀਂ ਵੇਖ ਸਕਦੇ ਹੋ। ਅਤੇ ਆਪਾਂ ਫਸਟ ਪਾਰਟ ਵਿੱਚ ਨੰਬਰ ਦੇਣਾ ਸੀਗਾ ਜਿਹੜੇ ਆਪਾਂ ਮੋਡਲ ਆ ਕਿੱਥੋਂ ਖਰੀਦਦੇ ਹਾਂ, ਅਤੇ ਉਹ ਆਪਾਂ ਉਸ ਵੀਡੀਓ ਵਿੱਚ ਐਡੀਟਿੰਗ ਵੇਲੇ ਦੇ ਨਹੀਂ ਸਕੇ। ਸੋ ਇਸ ਵੀਡੀਓ ਦੇ ਸ਼ੁਰੂਆਤ ਵਿੱਚ ਆ ਤੁਸੀਂ ਇੱਧਰ ਵੇਖ ਸਕਦੇ ਹੋ, ਇਹ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਨੇ ਇੱਦਾਂ ਦੇ ਮੋਡਲ ਖਰੀਦਣੇ ਆ। ਸੋ ਉਸ ਵੀਡੀਓ ਵਿੱਚ ਦੇਣਾ ਸੀ ਅਤੇ ਐਡੀਟਿੰਗ ਵੇਲੇ ਯਾਦ ਨਹੀਂ ਆਇਆਗਾ। ਸੋ ਆਪਾਂ ਇਸ ਵੀਡੀਓ ਵਿੱਚ ਉਹ ਨੰਬਰ ਦੇਤਾ ਹੈ, ਜੇ ਕਿਸੇ ਨੇ ਮੋਡਲ ਖਰੀਦਣਾ ਤੁਸੀਂ ਇਹਨਾਂ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ। ਅਤੇ ਇਸ ਪਾਰਟ ਵਿੱਚ ਆਪਾਂ ਇਸਦੇ ਲਾਵਾਂਗੇ ਜੀ ਬੰਪਰ ਅਤੇ ਆਪਣੇ ਮਰਗਾਰਡਸ ਅਤੇ ਛਤਰੀ ਦੇਖਾਂਗੇ ਜਾਂ ਹੁੱਡ ਇਕੱਲਾ ਲਾਵਾਂਗੇ। ਅਤੇ ਵੀਡੀਓ ਕਰਦੇ ਹਾਂ ਸਟਾਰਟ।
ਅੱਜ ਆਪਣਾ ਟਰੈਕਟਰ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਅਤੇ ਆਪਾਂ ਵੀਡੀਓ ਦੀ ਸ਼ੁਰੂਆਤ ਵਿੱਚ ਤੁਹਾਨੂੰ ਪੁੱਛਿਆ ਸੀ ਅੱਜ ਤੱਕ ਕਲਰ ਆ ਜਿਹੜਾ ਆਪਾਂ ਕਿਹੜਾ ਬਣਾਈਏ, ਕਿਹੜਾ ਇਸ ਨੂੰ ਕਲਰ ਕਰੀਏ, ਅਤੇ ਆਪਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜੀ। ਅਤੇ ਬਾਕੀ ਆਪਣਾ ਟਰੈਕਟਰ ਤਿਆਰ ਹੋ ਚੁੱਕਾ ਜੀ, ਆਪਾਂ ਇਸ ਦੇ ਛਤਰੀ ਨਹੀਂ ਹਜੇ ਲਾਉਂਦੇ ਜੀ, ਅਤੇ ਛਤਰੀ ਆਪਾਂ ਅੱਗੇ ਲਾਵਾਂਗੇ, ਉਸ ਦੀ ਸਪੈਸ਼ਲ ਅੱਡ ਵੀਡੀਓ ਆਊਗੀ। ਅਤੇ ਬਾਕੀ ਆਪਣਾ ਟਰੈਕਟਰ ਤਿਆਰ ਹੋ ਗਿਆ, ਹੁੱਕ ਵਗੈਰਾ ਆਪਾਂ ਇਸ ਦੇ ਲਾ ਲਈਆਂ, ਪੱਤੀਆਂ ਰਹੀਆਂ ਕੱਟਣ ਵਾਲੀਆਂ ਆਪਾਂ ਕਟਿੰਗ ਕਰ ਲਾਂਗੇ, ਅਤੇ ਬਾਕੀ ਇਸ ਦੇ ਮਰਗਾਟਸ ਵਗੈਰਾ ਉਤਰਦੇ ਨੇ, ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਮਰਗਾਟ ਉਤਾਰ ਸਕਦੇ, ਇਸ ਤਰ੍ਹਾਂ ਜਿਹੜੇ ਇਸਦੇ ਟਾਇਰ ਆ ਵੀ ਆਪਾਂ ਲਾ ਸਕਦੇ ਹਾਂ, ਅਤੇ ਆਪਾਂ ਇਹ ਟਾਇਰ ਦੇ ਰੀਜਨਲ ਇਸ ਕਰਕੇ ਨਹੀਂ ਪਾਏਗੇ ਤਾਂ ਜੋ ਆਪਣੇ ਕੋਲ ਇਹ ਟਾਇਰ ਸੀ ਇਹਨਾਂ ਦੇ ਵਿੱਚ ਆ ਜਿਹੜੇ ਟਰੱਕ ਦੇ ਐਕਸਲ ਵਾਲੇ ਟਾਇਰ ਸੀ ਉਹੀ ਨੇ, ਇਧਰੋਂ ਕਟਿੰਗ ਕਰਕੇ ਵਿੱਚ ਪਾਏ ਨੇ, ਉੱਤੋਂ ਕਲਰ ਕੀਤੇ ਨੇ, ਆਪਣੇ ਜੌਂਡੀਆ ਦੇ ਵਿੱਚ ਬਾਈ ਯੂਜ਼ ਕੀਤੇ ਸੀਗੇ। ਅਤੇ ਆਪਾਂ ਇਸ ਦੇ ਵਿੱਚ ਆ ਜਿਹੜੇ ਆ ਟਾਇਰ ਪਾਏ ਨੇ, ਟਾਇਰ ਇਸ 'ਤੇ ਆਸਾਨੀ ਨਾਲ ਚੜ ਜਾਂਦੇ ਨੇ, ਅਤੇ ਇਸ ਤਰ੍ਹਾਂ ਜਿਹੜੇ ਇਸ ਤੋਂ ਸਾਈਡ ਤੋਂ ਆਪਣਾ ਜਿਹੜਾ ਪੇਚ ਕੱਸਿਆ ਜਾਇਆ ਕਰਦਾ। ਜੇ ਆਪਾਂ ਟਾਇਰ ਚੇਂਜ ਕਰਨੇ, ਆਪਣੇ ਕੋਲ ਹੋਰ ਵੀ ਟਾਇਰ ਨੇ, ਉਹ ਤੁਹਾਨੂੰ ਨੈਕਸਟ ਵੀਡੀਓ ਵਿੱਚ ਵਿਖਾਵਾਂਗੇ ਕਿਹੜੇ ਟਾਇਰ ਆ, ਆਪਾਂ ਇਸ ਦੇ ਹੋਰ ਟਾਇਰ ਵੀ ਪਾ ਸਕਦੇ ਹਾਂ, ਉਹ ਵਰਕਿੰਗ ਦੀ ਵੀਡੀਓ ਆਊਗੀ ਉਸ ਦੇ ਵਿੱਚ ਵਿਖਾਵਾਂਗੇ। ਅਤੇ ਆਪਾਂ ਆਹ ਟਾਇਰ ਯੂਜ਼ ਨਹੀਂ ਕੀਤੇ ਗੇ, ਅਤੇ ਇਹਨਾਂ ਦੇ ਸੁਰਾਖ ਜਿਹੜੇ ਖੁੱਲ੍ਹੇ ਸੀਗੇ। ਬਾਕੀ ਕਮੈਂਟ ਕਰਕੇ ਦੱਸ ਦਿਓ ਜੀ ਤੁਹਾਨੂੰ ਆਪਣਾ ਟਰੈਕਟਰ ਕਿੱਦਾਂ ਦਾ ਲੱਗਿਆ, ਅਤੇ ਬਹੁਤ ਜਲਦ ਮਿਲਦੀ ਹੈ ਜੀ ਇਸ ਦੀ ਵਰਕਿੰਗ ਦੀ ਵੀਡੀਓ ਲੈ ਕੇ ਆਪਣੇ ਦੂਜੇ ਚੈਨਲ 'ਤੇ। ਅਤੇ ਜਿਹੜੇ ਵੀਰ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਵੀਡੀਓ ਵੇਖਣ ਦੇ ਲਈ ਬਹੁਤ ਬਹੁਤ ਧੰਨਵਾਦ।